ਬਾਦ ਪੜ੍ਹਨਾ ਇਬਾਦਤ ਹੈ, ਬੁਲੰਦ ਸਲਵਾਤ ਪੜ੍ਹੋ, ਅਲਹਮਾ ਸੁਲਿਆ। ਯਕੀਨ ਕਾਮਿਲ, ਯਕੀਨ ਕਾਮਿਲ ਮੈਂ ਕਿਹਾ, ਸਲਵਾਤ ਸਾਰਿਆਂ ਨੂੰ ਯਾਦ ਹੈ, ਵਾਜਿਬ ਸਮਝ ਕੇ ਬੁਲੰਦ ਸਲਵਾਤ ਪੜ੍ਹੋ, ਅਲਹਮਾ। ਨਾਰੇ ਤਕਬੀਰ, أعوذ بالله من الشيطان اللعين الرجيم بسم الله الرحمن الرحيم صلوات وبه نستعين وصلى الله على محمد محمد صلوات رب اشرح لي صدري ويسر لي امري وَاحْلُلْ عُقْدَةً مِّن لِّسَانِي يَفْقَهُوا قَوْلِي بِحَقِّ لِسَانِ صِدْقًا عَلِيًّا سُونِي صَلَوَاتِ وَصَلَاتُ وَسَلَامُ عَلَى سَيِّدَاتِ الْجَلِيلَاتِ الْمَخْدُومَاتِ الْمَحْرُومَاتِ جِهڑی اَجَائِي زَخْمِي آئی ਅਨ ਹੱਕ ਮੇਰਾ ਸਬੀਹਾ ਵੇ ਅੱਬਾਸ ਦਿਲਾਸ਼ ਤੇ ਉਜੜ ਕੇ ਆਈਏ। ਮੈਂ ਕਿਹਾ ਅੱਬਾਸ ਦੀ ਲਾਸ਼ ਤੇ ਉਜੜ ਕੇ ਆਈਏ। ਜਿਤਨੇ ਮਕਾਣੀ ਅਜ਼ਾਦਾਰ ਠੁਰਾਏ ਹਰ ਮਿੰਬਰ ਤੇ ਆਦਰਾਂ ਨਾ ਰੋਂਦਾ, ਹਰ ਬੰਦਾ ਨਹੀਂ ਰੋਂਦਾ, ਉਹ ਜਿਹਨੂੰ ਅਲੀ ਦੀਆਂ ਧੀਆਂ ਦੇ ਉਜੜਨ ਦਾ ਦਰਦ ਹੁੰਦਾ। ਜਿਤਨੇ ਮੁਕਾਣੀ ਅਦਾਦਾਰ ਟੁਰ ਆਇਓ ਮੈਂ ਪਿਆਦਾ ਵੇ ਅੱਬਾਸ ਦਿਲਾਸ਼ ਤੇ ਉਜੜ ਕੇ ਆਈਏ। ਮਾਂ ਦੀ ਰੱਸੀਆਂ ਪਾ ਕੇ ਬੈਠੀ ਕੱਪੇ ਹੋਏ ਗੱਲ ਤੇ, ਹਾਏ ਵੋ ਬੋਸੇ ਦੇਵੇ ਮੂੰਹ ਵਾਲਾ ਨਾਲ ਲੁਕਾ ਕੇ ਜੀ। ਬਿਸਮਿਲਲਾ ਕਰਾਂ ਨੌਕਰ, ਜਿਹੜੇ ਬੰਦੇ ਹਾਏ ਬੈਠੇ ਕਰੇਂਦੇ, ਜਿਤਨੇ ਅਜ਼ਾਦਾਰੋਂ ਮੈਂ ਪਿਆਦਾ ਵੇ ਅੱਬਾਸ ਦਿਲਾਸ਼ ਤੇ ਉਜੜ ਕੇ ਆਈਏ। ਮਾਂ ਆਉਣ ਦੀ ਰੱਸੀਆਂ ਪਾ ਕੇ
ਬੈਠੀ ਕੱਪੇ ਓਏ ਗੱਲ ਤੇ ਹਾਏ ਵੋ ਬੋਸੇ ਦੇਵੇ ਮੂੰਹ ਵਾਲਾ ਨਾਲ ਲੁਕਾ ਕੇ ਸਰ ਜਾਵੇ ਬੀਬੀਆ ਦੀਆ ਸੱਜਾਦ ਬਚਾਇਆ ਵਾ ਮੈਂ ਬਹੁ ਔਖਾ ਵਿੱਚੋਂ ਭਾ ਦੇ ਕੰਡ ਤੇ ਜਾ ਕੇ ਮੈਂ ਬਿਸਮਿਲ੍ਲਾ ਕਰਾਂ ਨੌਕਰਾਂ ਅਰਮਾਨ ਲੱਗਾ ਥੋੜੇ ਬੰਦਿਆਂ ਹਾਏ ਕੀਤੀ ਅੱਬਾਸ ਦਿਲਾਸ਼ ਤੇ ਉਜੜ ਕੇ ਆਈਏ ਮਾਇਆਉਣ ਦੀ ਰੱਸੀਆਂ ਪਾ ਕੇ ਬੈਠੀ ਕੱਪੇ ਹੋਏ ਗੱਲ ਤੇ ਬੋਸੇ ਦੇਵੇ ਮੂੰਹ ਵਾਲਾ ਨਾਲ ਲੁਕਾ ਕੇ ਬੀਬੀਆ ਦੀਏ ਸੱਜਾਦ ਬਚਾਇਆ ਵਾ ਮੈਂ ਬਹੁ ਔਖਾ ਵਿੱਚੋਂ ਭਾ ਦੇ ਕੰਡ ਤੇ ਜਾ ਕੇ ਵਾ ਮੇਰੇ ਸਰ ਤੂੰ ਚਾਦਰ ਸ਼ਿਮਰ ਲਹਾਈਏ ਤੇਰੇ ਨਾਂ ਦੀਆਂ ਹਕਲਾਂ ਲਾਕ ਬਸ ਸੋਹਣੇ ਹੈ ਕੀਤੀ ਹੱਕ ਇੰਜ ਮੰਨਦਾ ਦਿਲ ਚ ਕਬਰ ਹੁਸੈਨ ਹੋਵੇ ਬੰਦਾ ਮਜਲਿਸ ਚ ਆਵੇ ਰੋਵਣਾ ਬੰਦੇ ਦੇ ਵਸ ਚ ਨਹੀਂ ਹੁੰਦਾ ਹਾਏ ਬੰਦੇ ਦੇ ਵਸ ਚ ਹੁੰਦੀ ਜਦੋਂ ਦਲਿਓ ਮੈਂ ਉਹਦਾ ਜ਼ਿਕਰ ਕੀਤਾ ਜਿਹਦੇ ਆਸਰੇ ਤੇ ਅਲੀ ਦੀਆਂ ਦੀਆਂ ਕਰਬਲਾ ਆਈਆਂ ਹਨ ਮਿੰਬਰ ਹੁਸੈਨ ਦੀ ਕਸਮ ਹੈ ਰੋਵਣ ਦੇ ਦਿਨ ਨੇ ਰੋਵਣ ਦੀਆਂ ਰਾਤੀ ਕਸਰਤ ਨਾਲ ਰੋ ਰੋ ਕੇ ਬਸ਼ਰ ਥੱਕ ਪਾਉਂਦਾ ਇਨਸਾਨ ਨੇ ਫਿਤਰਤ ਤੇ ਬੰਦਾ ਥੱਕ ਪਾਉਂਦਾ ਤੇ ਬੰਦਾ ਜਿਤਨਾ ਹੀ ਰੋਵੇ ਨਾ ਰੋਂਦਾ ਪਾਣੀ ਹੈ ਮੈਂ ਕਿਹਾ ਬਸ਼ਰ ਰੋ ਰੋ ਥੱਕ ਪਾਉਂਦਾ ਅੱਲਾ ਦੀ ਕਾਇਨਾਤ ਚ ਨਹੀਂ ਥੱਕਾ ਤਾਂ ਇੱਕ ਸਜਾਦ ਨਹੀਂ ਥੱਕਿਆ ਅਲੀ ਲਾਜ ਗਿਰਦੋ ਨਵਾ ਮੁਲਤਾਨ ਦਾ ਅਜ਼ੀਮ ਇਜਤਮਾ ਹੈ ਮੇਰੇ ਵਤਨ ਦੇ ਸਰਦਾਰ ਤਸ਼ਰੀਫ ਫਰਮਾਓ ਮਿੰਬਰ ਹੁਸੈਨ ਦੀ ਕਸਮ ਯਾਦ ਰੱਖਿਆ ਤੇਰਾ ਰੋਵਣਾ ਕੋਈ ਆਮ ਨਹੀਂ ਬਹੁਤ ਕੀਮਤੀ ਰੋਵਣ ਹੈ ਇਹ ਇੱਕ ਭੈਣ ਦੀ ਹਸਰਤ ਹੈ ਅਗਰ ਕਰਬਲਾ ਭੈਣ ਰੋ ਪਵੇ ਆ ਨਾ ਮੁਲਤਾਨ ਵਾਲਿਓ ਤੈਨੂੰ ਮੈਨੂੰ ਰੋਵਣ ਦੀ ਜ਼ਰੂਰਤ ਨਾ ਪੇਸ਼ ਆਵੇ ਆ ਕਰਬਲਾ ਤੋਂ ਲੈ ਕੇ ਸ਼ਾਮ ਦੇ ਜ਼ਿੰਦਾਨ ਤਾਈਂ ਜਿਹਨੇ ਦਿਲ 'ਚ ਕਬਰ ਹੁਸੈਨ ਯਕੀਨ ਸਾਰੇ ਅਜ਼ਾਦਾਰ ਟੁਰ ਆਇਓ ਮੈਂ ਕਿਹਾ ਕਰਬਲਾ ਤੋਂ ਲੈ ਕੇ ਸ਼ਾਮ ਦੇ ਜ਼ਿੰਦਾਨ ਤਾਈਂ ਸਜਾਦ ਦੇ ਪਾਸੇ ਵੇਖ ਕੇ ਗੱਲ ਹਿੱਕ ਕਰਨ ਦੀ ਆਈ ਬਛੜਾ ਵਕਤ ਮਿਲ ਪਾਉਂਦਾ ਨਾ ਮੈਂ ਜ਼ਮਾਨੇ ਨੂੰ ਦੱਸਾਂ ਹਾਂ ਭੈਣਾਂ ਭੇਰਾਵਾਂ ਨੂੰ ਕਿਵੇਂ ਰੋਂਦੀਆਂ ਨੇ ਸਦਕਾ ਜਿਹੜਾ ਅਮੀਰ ਬੈਠਾ ਉਹਦੇ ਨਾਲ ਗੱਲ ਨਹੀਂ ਜਿਹੜਾ ਅਜ਼ਾਦਾਰ ਤਸ਼ਰੀਫ ਫਰਮਾਏ ਅਗਰ ਵਕਤ ਮਿਲ ਪਾਉਂਦਾ ਨਾ ਮੈਂ ਜ਼ਮਾਨੇ ਨੂੰ ਦੱਸ ਵੰਜਾ ਹਾਂ ਜੋ ਭੈਣਾਂ ਭੇਰਾਵਾਂ ਨੂੰ ਰੋਂਦੀਆਂ ਕਿਵੇਂ ਇਹ ਹਸਰਤ ਉਸ ਬੀਬੀ ਦੀ ਮੈਂ ਬਿਸਮਿਲ੍ਲਾ ਕਰਾਂ ਚਾਚਾ ਇਹ ਹਸਰਤ ਉਸ ਭੈਣ ਦੀ ਜਿਹੜੀ 1600 ਮੀਲ ਦੇ ਸਫ਼ਰ 'ਚ ਇੱਕ ਗੱਲ ਸਜਾਦ ਨਾਲ ਕਰਦੀ ਅਰਮਾਨ ਖਾ ਗਈ ਹੈ ਜ਼ਮਾਨੇ ਨੂੰ ਦੱਸ ਨਹੀਂ ਸਕੀ ਜੋ ਹੁਸੈਨ ਲੱਥਾ ਕਿਵੇਂ ਆਈ ਜ਼ਰੂਰੀ ਨਹੀਂ ਹੁੰਦਾ ਮੈਂ ਪੱਥਰ ਤੀਰ ਤਲਵਾਰਾਂ ਪੜ੍ਹਾਂ ਤੇ ਤੂੰ ਰੋਵੇਂ ਜਿਹੜਾ ਬੰਦਾ ਅਰਮਾਨ ਤੇ ਨਹੀਂ ਰੋ ਸਕਦਾ ਨਾ ਚੌਧਰੀ ਸਾਹਿਬ ਮਿੰਬਰ ਹੁਸੈਨ ਦੀ ਕਸਮ ਹੈ ਰੁਣਨਾ ਅਰਮਾਨ ਤੇ ਕਰ ਕਰਬਲਾ ਵਾਲਿਆਂ ਦੇ ਜ਼ੁਲਮ ਤੇ ਨਾ ਰੁਣਨਾ ਕਰ ਜੋ ਕਰਬਲਾ ਵਾਲਿਆਂ ਤੇ ਜ਼ੁਲਮ ਕਿਤਨਾ ਹੋਇਆ ਅੱਬਾਸ ਦੇ ਅਲਮਾ ਤੇ ਮੇਰਾ ਹੱਥ ਹੈ ਰਿਵਾਇਤ ਅਜ਼ਾ ਕਿਤਾਬ ਦਾ ਨਾਂ ਹੈ ਤੂੰ ਰੋ ਸਕੇ ਤਾਂ ਤੇਰੀ ਮਰਜ਼ੀ ਹਾਏ ਕਰੇ ਤਾਂ ਤੇਰੀ ਆਪਣੀ ਮਰਜ਼ੀ ਮੇਰੇ ਕੋਲ ਜ਼ਾਕਰੀ ਜਿਸ ਤੋਂ ਵੱਡਾ ਜੁਮਲਾ ਹੋਰ ਕੋਈ ਨਹੀਂ ਅਗਰ ਜ਼ੁਲਮ ਤੇ ਸਿਰਫ ਸਜਾਦ ਰੋਵੇ ਆ ਨਾ ਵਿੱਚ ਪਾਣੀ ਰੋਵੇ ਆ ਸਜਾਦ ਜ਼ੁਲਮ ਤੇ ਥੋੜਾ ਰੁਣਾ ਹੈ ਸਜਾਦ ਨੂੰ ਗੈਰਤ ਢੇਰ ਰੋਆਇਆ ਹੈ ਮੈਂ ਬਿਸਮਿਲ੍ਲਾ ਕਰਾਂ ਜਿਹੜੇ ਆਏ ਪਏ ਕਰਦੇ ਹੋ ਬਈ ਜਿਹਨੇ ਹੱਥ ਸੀਨੇ ਤੇ ਆ ਗਏ ਨਜ਼ਰਦਾਰ ਹੀ ਹਨ ਮਾਤਮੀ ਹਨ ਮਾਂ ਹੁਸੈਨ ਦੀ ਇੱਜ਼ਤ ਦੇਵੇ ਸਜਾਦ ਨੂੰ ਗੈਰਤ ਢੇਰ ਰੋਆਇਆ ਇਹ ਤਵਜਾ ਹੀ ਨਾ ਮੇਨ ਹਾਲ ਸਾਹਮਣੇ ਆ ਬਵਿਆ ਮੌਲਾ ਪਾਣੀ ਵੇਖਣਾ ਤਾਂ ਰੋਵੇ ਨਾ ਮੌਲਾ ਕਹਿੰਦੇ ਸਰ ਤੇ ਚਾਦਰ ਵੇਖਣਾ ਤਾਂ ਰੋਵੇ ਨਾ
ਮਿਨਾਲ ਕਦਮ ਤੇ ਹੱਥ ਲਾ ਕੇ ਤਾਂ ਮੌਲਾ ਗੱਲ ਦੀ ਸਮਝ ਨਹੀਂ ਆਈ। ਕਾਫੀ ਮੁੱਦਤ ਹੋ ਗਈ ਹੈ ਸ਼ਾਮ ਚੋਂ ਕੈਦਾਂ ਨਿਭਾ ਕੇ ਵੱਲ ਆਇਆ। ਮੌਲਾ ਪੁੱਛਣਾ ਹੀ ਉਹ ਚਾਹੁੰਦਾ, ਪਾਣੀ ਵੇਖੋ ਤਾਂ ਰੋਂਦੇ ਹੋ, ਐ ਮੌਲਾ ਕਹਿੰਦੇ ਸਰ ਤੇ ਸਿਹਰਾ ਵੇਖੋ ਤਾਂ ਰੋਂਦੇ ਹੋ, ਕਹਿੰਦੇ ਸਰ ਤੇ ਬੁਰਕਾ ਵੇਖੋ ਤਾਂ ਰੋਂਦੇ ਹੋ, ਐ ਮੌਲਾ ਪੁੱਛਣਾ ਚਾਹੁੰਦਾ ਇਹ ਜ਼ੁਲਮ ਕਿੱਥੇ ਹੋਇਆ। ਮਾਸੂਮ ਦੀ ਆਵਾਜ਼ ਪਈ ਜਾਂਦੀ ਆ, ਅਸ਼ਾਮ ਅਸ਼ਾਮ। ਤ੍ਰੈ ਵਾਰੀ ਸੱਜਾਦ ਇਮਾਮ ਦੇ ਮੂੰਹ ਚੋਂ ਲਫ਼ਜ਼ ਸ਼ਾਮ ਨਿਕਲਿਆ। ਸ਼ਾਮ ਦਾ ਨਾਮ ਆਉਣਾ ਨਾ ਮਿਨਹਾਲ ਕਦਮ ਦੇ ਹੱਥ ਲਾ ਕੇ ਤਾਂ ਐ ਮੌਲਾ ਜ਼ੁਲਮ ਤਾਂ ਕਰਬਲਾ ਨਹੀਂ ਹੋਇਆ, ਅਕਬਰ ਨੂੰ ਬਰਛੀ ਤਾਂ ਕਰਬਲਾ 'ਚ ਲੱਗੀ ਏ। ਮਾਸੂਮ ਫਰਮਾਉਂਦੇ ਨੇ ਜ਼ੁਲਮ ਕਰਬਲਾ ਹੋਇਆ, ਤਕਲੀਫ ਸ਼ਾਮ 'ਚ ਹੋਈ ਏ। ਹਾਏ ਮੌਲਾ ਕਾਸਿਮ ਜਿੰਦਾ ਤਾਂ ਘੋੜੇ ਕਰਬਲਾ 'ਚ ਨਹੀਂ ਭੱਜ ਗਏ। ਮਾਸੂਮ ਫਰਮਾਉਂਦੇ ਨੇ ਜ਼ੁਲਮ ਹੋਇਆ, ਤਕਲੀਫ ਸ਼ਾਮ 'ਚ ਹੋਈ ਏ। ਹਾਏ ਮੌਲਾ ਆਉਣ ਮੁਹੰਮਦ ਤਾਂ ਕਰਬਲਾ 'ਚ ਜਣੇ। ਮਾਸੂਮ ਫਰਮਾਉਂਦੇ ਨੇ ਦੁੱਖ ਹੋਇਆ ਮਗਰ ਤਕਲੀਫ ਸ਼ਾਮ 'ਚ ਹੋਈ ਏ। ਮੈਂ ਪਹਿਲੀ ਵਾਰੀ ਉਸ ਬੰਦੇ ਨੂੰ ਸ਼ੀਆ ਨਾ ਮੰਨੇ ਸਾਂ ਜਿਹਨੇ ਦਿਲ 'ਚ ਕਬਰੇ ਹੁਸੈਨ ਹੀ ਹੋਵੇ ਅਤੇ ਉਹ ਬੰਦਾ ਜ਼ਬਾਨ ਰੱਖ ਦੋਵੇ ਅਤੇ ਹਾਏ ਨਾ ਕਰ ਸਕੇ। ਕਦਮਾਂ 'ਤੇ ਹੱਥ ਲਾ ਕੇ ਮੈਨੂੰ ਹਾਲਤ ਹੈ ਮੌਲਾ ਅੱਬਾਸ ਤਾਂ ਕਰਬਲਾ ਨਹੀਂ ਲੱਥਾ। ਫਰਮਾਉਂਦੇ ਨੇ ਆ ਮਿਨਹਾ ਲੱਥਾ ਕਰਬਲਾ ਆਈ, ਮਾਣ ਮੁੱਕ ਗਏ ਐਨ ਮਗਰ ਦੁੱਖ ਢੇਰ ਹੋਇਆ, ਤਕਲੀਫ ਸ਼ਾਮ 'ਚ ਹੋਈ ਏ। ਜਿਹੜੇ ਵੇਲੇ ਸ਼ਾਮ ਦਾ ਨਾਮ ਆਉਣਾ ਆਈ ਨਾ, ਉਸ ਵੇਲੇ ਮਿਨਹਾਲ ਕਦਮ ਦੇ ਹੱਥ ਲਾ ਕੇ ਤਾਂ ਮੌਲਾ ਆਪਣੀ ਜੱਦ ਵਾਸਤੇ ਹੀ ਕਰਬਲਾ 'ਚ ਲੁੱਟ ਵੀ ਪਈ ਏ, ਖੈਮੇ ਨੂੰ ਬਹਾਈ ਲੱਗੀ ਏ, ਚਾਦਰਾਂ ਹੀ ਲੱਥੀਆਂ। ਮੌਲਾ ਫਰਮਾਉਂਦੇ ਮਗਰ ਤਕਲੀਫ ਢੇਰ ਸ਼ਾਮ 'ਚ ਹੋਈ ਏ। ਤੇਰੇ ਸਾਦਿਕ ਇਮਾਮ ਦਾ ਫਰਮਾਨ ਹੈ ਸਾਡੇ ਮੰਨਣ ਵਾਲਾ ਸਾਡੀ ਹਰ ਗੱਲ ਭੁੱਲ ਜਾਵੇ, ਮਗਰ ਮੈਂ ਇਮਾਮ ਹੋ ਕੇ ਗੱਲ ਪਿਆ ਕਰਨਾ ਕਦਾਂ ਹੀ ਸ਼ਾਮ ਨਾ ਭੁੱਲੇ। ਪੁੱਛਣ ਵਾਲੇ ਪੁੱਛਿਆ ਹੈ ਮੌਲਾ ਬੰਦਾ ਸ਼ਾਮ ਕਿਉਂ ਨਾ ਭੁੱਲੇ, ਇਮਾਮ ਰੋ ਕੇ ਫਰਮਾਇਆ ਕਿ ਦੱਸਾਂ ਸ਼ਾਮ ਉਹ ਜਾ ਹੈ ਜਿੱਥੇ ਮੁਸਲਮਾਨਾਂ ਦਾ ਰਸ਼ ਵਧਿਆ ਹਾ, ਮੁਸਲਮਾਨਾਂ ਇਹੋ ਜਿਹਾ ਇਸਤਕਬਾਲ ਕੀਤਾ ਹਾ, ਮੇਰੀਆਂ ਮਾਵਾਂ ਸਜਾਦ ਨੂੰ ਸੁਝਾਣ ਨਹੀਂ ਸਕਦੀ। ਅਲਮਾਨ ਕਰਾਂ ਅਲਮਾਨ ਕਰਾਂ ਅਲਮਾਨ ਕਰਾਂ, ਕੋਸ਼ਿਸ਼ ਤਾਂ ਕਰਨ ਅਜੇ ਆ ਗਈਆਂ ਤਾਂ ਜੇ ਘਰੋਂ ਟੁਰ ਆਇਆ, ਇਤਨੀ ਹੈ ਕਰੇ ਜਿਹੜੀ ਪਰਦੇ ਚਾਹੀਏ ਤੇਰੇ ਮੇਰੇ ਹੱਕ ਹੀ ਦੁਆ ਕਰ ਜਾਵੇ। ਹੁਸੈਨ ਬਾਦਸ਼ਾਹ ਅੱਲਾ ਖਾਨ ਸਾਹਿਬਾਨ ਦੀ ਜ਼ਿੰਦਗੀ ਦਰਾਜ਼ ਫਰਮਾਵੇ, ਸਫ਼ੇ ਅਜ਼ਾ ਕਬੂਲ ਹੋਵੇ, ਜਿਹੜੇ ਮਰਹੂਮੀਨ ਦੁਨੀਆ ਤੋਂ ਟੁਰ ਗਏ ਮੌਲਾ ਦਰਜਾਤ ਬੁਲੰਦ ਫਰਮਾਵੇ। ਇੱਜ਼ਤ ਵਾਲਿਓ ਯਾਦ ਰੱਖਿਆ ਕਦਾਂ ਹੀ ਸ਼ਾਮ ਨਾ ਭੁਲਿਆ, ਸ਼ਾਮ ਉਹ ਜਾ ਆਈ ਜਿੱਥੇ ਮੁਸਲਮਾਨਾਂ ਇਹੋ ਜਿਹਾ ਇਸਤਕਬਾਲ ਕੀਤਾ ਹਾ, ਤੇਰਾ ਰੱਤ ਰੋਵਣ ਵਾਲਾ ਇਮਾਮ ਹੀ ਫਰਮਾਉਂਦਾ ਮਿਨਹਾਲ ਰੋਆ ਨਹੀਂ। ਜਦੋਂ ਬਾਜ਼ਾਰ ਦਾ ਇੱਕ ਹਿੱਸਾ ਅਸਾਂ ਅਬੂਰ ਕੀਤਾ ਨਾ, ਭੀੜ ਇਤਨੀ ਹਾਈ, ਮੈਂ ਕਿਹਾ ਭੀੜ ਆਈ ਤਾਂ ਤੂੰ ਚੁੱਪ ਕਰ ਗਈ ਹੈ। ਇੱਜ਼ਤ ਵਾਲਿਓ ਮਿੰਬਰ ਹੁਸੈਨ ਦੀ ਕਸਮ 120 ਅਲਮ ਹਾਈ, ਹਰ ਅਲਮ ਦੇ ਤਲੇ 5000 ਬਦਮਾਸ਼ ਆਈ। ਬੰਦਾ ਸ਼ੀ ਹੋਵੇ ਆਏ ਨਾ ਕਰੇ, 6 ਲੱਖ ਬੰਦਾ ਬਾਜ਼ਾਰ 'ਚ ਆਈ, ਅਲੀ ਦੀ ਧੀ ਦਾ ਬੁਰਕਾ ਕੋਈ ਨਹੀਂ। ਮੈਂ ਅੱਗੇ ਤੈਨੂੰ ਬੁਰਕੇ ਦੀ ਇੱਜ਼ਤ ਦਾ ਪਤਾ ਹੋਵੇ ਨਾ, ਉਹ ਬੰਦਾ ਹੈ ਕਰੇਂਦਾ ਬੁਰਕੇ ਦੀ ਇੱਜ਼ਤ ਤੈਨੂੰ ਨਾ ਕਰ, ਤੀਰਾਂ ਪੱਥਰਾਂ ਤਲਵਾਰਾਂ 'ਤੇ ਨਾ ਹੀ ਰੋ ਸਕੇ ਤਾਂ ਖੈਰ ਏ। ਕਿਉਂ ਆਖਿਆ ਚੌਧਰੀ ਸਾਹਿਬ, ਬੁਰਕੇ ਦੀ ਇੱਜ਼ਤ 'ਤੇ ਬੰਦੇ ਨੂੰ ਰੋਵਣਾ ਚਾਹੀਦਾ। ਮਿੰਬਰ ਹੁਸੈਨ ਦੀ ਕਸਮ 1400 ਸਾਲ ਹੋ ਗਏ, ਸਰ ਰੋਂਦੇ ਕਿਉਂ ਹੈ? ਨਾ ਦਿਨ ਦਾ ਪਤਾ ਹੈ, ਨਾ ਰਾਤ ਦਾ ਖਾਨ ਸਾਹਿਬ, ਨਾ ਗਰਮੀ ਦਾ ਪਤਾ ਹੈ, ਨਾ ਸਰਦੀ ਦਾ। ਧੀਆਂ ਭੈਣਾਂ ਨਾਲ ਲੈ ਕੇ ਬਾਜ਼ਾਰਾਂ ਗਲੀਆਂ 'ਚ ਹਾਏ ਹੁਸੈਨ ਹਾਏ ਜ਼ੈਨਬ, ਹਾਏ ਹੁਸੈਨ ਹਾਏ ਜ਼ੈਨਬ। ਕਿਹੜਾ ਬੰਦਾ ਜਿਹੜਾ ਅਦਬ ਦੀ ਸਤਰ 'ਤੇ ਹਾਏ ਕਰ ਸਕਦਾ, ਹਾਏ ਹੁਸੈਨ ਹਾਏ ਜ਼ੈਨਬ ਵਧੇ ਕਰਦੇ। ਅਰਮਾਨ ਇੱਕੋ ਖਾ ਗਈ ਹੈ ਮੁਲਤਾਨ ਵਾਲਿਓਂ, ਜਿਹਨੂੰ ਹਵੇਲੀ 'ਚ ਮੌਤ ਆਵਣੀ ਆਈ, ਉਹ ਬਾਜ਼ਾਰ ਆ ਗਈ ਹੈ। ਮੈਂ ਬਿਸਮਿਲ੍ਲਾ ਕਰਾਂ, ਜਿਹਦਾ ਜਨਾਜ਼ਾ ਬੇਰਾ ਮਚਾਵਣਾ, ਸ਼ਾਮ ਦੇ ਬਾਹਰੋਂ ਚਵਾਵਣ ਵਾਲਾ ਕੋਈ ਨਹੀਂ। ਰੋ ਰੋ ਗਿਆ ਦੀ ਸਜਾਦ, ਰਤ ਰੋਕ ਮੇਰੀ ਕਿਸਮਤ, ਮੇਰੀ ਨਸਲ ਮੁੱਕ ਗਈ ਹੈ। ਸਦਕਾ 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 ਜਵਾਨੀਆਂ ਮਾਣੋ ਜਿਹੜੇ ਹੈ ਪੈ ਕਰਦੇ ਹੋ। ਇੱਜ਼ਤ ਵਾਲਿਓ ਬਸ ਇੱਕ ਵੈਣ ਕਰਨਾ, ਮਿੰਬਰ ਕਿਬਲਾ ਦੇ ਹਵਾਲੇ ਕਰਨਾ। ਅਜ਼ੀਮ ਬਾਪ ਦਾ ਅਜ਼ੀਮ ਬੇਟਾ ਮਿੰਬਰ 'ਤੇ ਤਸ਼ਰੀਫ ਫਰਮਾਏ। ਇੱਜ਼ਤ ਵਾਲਿਓ ਯਾਦ ਰੱਖਿਆ, ਮਿੰਬਰ ਹੁਸੈਨ ਦੀ ਕਸਮੇ ਮੈਂ ਆਖਿਆ ਔਖਾ ਬਾਜ਼ਾਰ ਨਿਭਾਇਆ ਨੇ।
ਭਾਈ ਜਾਨ ਹਰ ਜ਼ਾਕਿਰ ਤੂੰ ਸੁਣਿਆ ਨੇ ਵੀ ਮੁਸਲਮਾਨ ਪੱਥਰ ਮਰਿੰਦੇ ਹਨ ਅਤੇ ਅਲੀ ਦੀਆਂ ਧੀਆਂ ਦੇ ਹੱਥ ਇੰਜ ਹੈ ਸ਼ੀਆ ਨਾ ਤਾਂ ਕਦੇ ਨਮਾਜ਼ ਨਾ ਛੋੜੇ ਸ਼ੀਆ ਹੁੰਦਾ ਹੀ ਉਹ ਜਿਹੜਾ ਨਮਾਜ਼ੀ ਹੋਵੇ ਨਮਾਜ਼ 'ਚ ਸਰ ਸਜਦੇ 'ਚ ਹੋਵੇ ਤਾਂ ਬੰਦਾ ਹੁਸੈਨ ਦੀ ਗੁਰਬਤ ਯਾਦ ਕਰਕੇ ਰੋਵੇ ਤੈਂ ਸੁਣਿਆ ਨਾ ਹੱਥ ਇੰਜ ਹੈਨ ਜ਼ਾਕਿਰਾ ਦਿਨ ਬਈ ਹੱਥ ਤਾਂ ਬੱਧਿਆ ਨੇ ਜੋ ਭੈਣਾਂ ਭੇਰਾਵਾਂ ਦਾ ਮਾਤਮ ਨਾ ਕਰ ਸਕੇ ਕਿ ਜ਼ਾਕਿਰਾ ਦਿਨ ਨਹੀਂ ਹੱਥ ਇੰਜ ਬੱਧਿਆ ਨੇ ਵੀ ਜਿਤਨੇ ਲੋਕ ਪੱਥਰ ਮਾਰੇ ਨਾ ਅਲੀ ਦੀਆਂ ਧੀਆਂ ਆਪਣਾ ਦਿਫਾ ਨਾ ਕਰ ਸਕੇ ਜਿਹਨੂੰ ਸਮਝ ਆ ਸੀ ਉਹ ਬੰਦਾ ਹੈ ਕਰੇ ਸੀ ਨਾ ਜਿਹੜੇ ਹੈਰਾਨ ਹਨ ਉਹਨਾਂ ਨਾਲ ਗੱਲ ਨਹੀਂ ਪੱਥਰ ਮਾਰਨ ਅਲੀ ਦੀਆਂ ਧੀਆਂ ਆਪਣੇ ਆਪ ਨੂੰ ਬਚਾ ਨਾ ਸਕਣ ਅੱਬਾਸ ਦੇ ਅਲਮ ਤੇ ਹੱਥੇ ਸਰਚਾ ਮੇਰੇ ਪਾਸੇ ਵੇਖ ਨਾ ਹੱਥ ਬੱਧੇ ਕਿਉਂ ਹਨ ਹੱਥ ਇਹਨਾਂ ਬੱਧੇ ਇਸ ਵਾਸਤੇ ਜੋ ਇਹਨਾਂ ਐਲਾਨ ਕੀਤਾ ਜੀ ਅਸਾਂ ਬਾਗੀ ਮਾਰੇ ਹੈ ਜਿਹੜਾ ਕਰਬਲਾ ਅਸਾਂ ਮਾਰੇ ਹਨ ਨਾ ਯਕੀਨਨ ਜੁਮਲਾ ਤੇਰੇ ਵਾਸਤੇ ਨਵਾਂ ਉਸੀ ਤਾਂ ਦੁਆ ਮੇਰੇ ਹੱਕ 'ਚ ਕਰੇ ਅਸਾਂ ਬਾਗੀ ਮਾਰੇ ਹੈ ਬਾਗੀ ਨਮਾਜ਼ ਨਹੀਂ ਪੜਦਾ ਇਹਨਾਂ ਹੱਥ ਇਸ ਵਾਸਤੇ ਬੱਧਣ ਜੋ ਬਾਜ਼ਾਰਾਂ 'ਚ ਅਲੀ ਦੀਆਂ ਧੀਆਂ ਨਮਾਜ਼ ਨਾ ਪੜ ਸਕੇ ਇੱਜ਼ਤ ਹੁਸੈਨ ਦੀ ਕਸਮ ਜਾਂ ਇਸ ਸ਼ਾਮ ਦੇ ਬਾਜ਼ਾਰ 'ਚ ਨਾ ਇਹਨਾਂ ਉੱਠਾਂ ਨੂੰ ਤਾਜ਼ੀਆਂ ਨੇ ਮਾਰੇ ਅਤੇ ਉੱਠ ਉੱਠੀਵਣ ਲੱਗੇ ਨੇ ਇੱਕ ਇਹੋ ਜਿਹਾ ਉੱਠ ਆਈ ਪੜ ਤਾਰੀਖਾਂ ਇਹਨਾਂ ਮਾਰੇ ਆ ਇਤਨੇ ਇਹਦੀ ਪੇਸ਼ਾਨੀ 'ਚ ਖੂਨ ਜਾਰੀ ਹੋਇਆ ਮਗਰ ਉੱਠਿਆ ਨਹੀਂ ਬਾਕੀ ਹੈਵਾਨ ਇਹਦੇ ਕੋਲ ਪੁੱਛਦੇ ਨੇ ਇਤਨੇ ਸਾਰੇ ਕੋੜੇ ਖਾ ਲਏ ਨੀ ਜ਼ਖਮੀ ਹੋਇਆ ਉੱਠਿਆ ਨਹੀਂ ਬੰਦਾ ਕਿਹੜਾ ਜਾਂਦੀ ਹਾਏ ਨਾ ਨਿਕਲ ਸੀ ਮਿੰਬਰ ਦੀ ਕਸਮ ਹੈ ਹੈਵਾਨ ਆਪਣੀ ਬੋਲੀ 'ਚ ਬਾਕੀਆਂ ਦੇ ਪਾਸੇ ਵੇਖ ਕੇ ਆਦਾ ਕਿਵੇਂ ਉੱਠੀ ਵਾ ਆ ਜਿੱਦਾਂ ਉਹ ਤਾਜ਼ੀਆਨੇ ਪਏ ਮਰਿੰਦੇ ਹਨ ਉਹ ਤਾਂ ਵੇਲਾ ਹੈ ਜੋ ਅਲੀ ਦੀ ਧੀ ਮੇਰੀ ਕੰਢ 'ਤੇ ਨਮਾਜ਼ ਪਈ ਪੜ੍ਹਦੀ ਆਈ ਅਲਮਾਨ ਕਰਾਂ ਅਲਮਾਨ ਕਰਾਂ ਸਦਕੇ ਆਵਾਂ ਜਿਹੜੇ ਹਾਏ ਪਏ ਕਰਿੰਦੇ ਹੋ ਬਈ ਇਹੋ ਤਾਂ ਵੇਲਾ ਆਈ ਜਿੱਦਾਂ ਬੱਧੇ ਹੱਥਾਂ ਨਾਲ ਕੰਢ 'ਤੇ ਨਮਾਜ਼ ਪਈ ਪੜ੍ਹਦੀ ਆਈ ਉੱਠਿਆ ਨੇ ਮਤ ਮੈਂ ਉੱਠੀ ਵਾਂ ਹੱਥ ਰੁੱਧੇ ਹੋਏ ਸਮਤ ਜਣ ਪਵੇ ਮਤ ਬਤੂਲ ਨਾਰਾਜ਼ ਹੋਵੇ ਸਦਕਾ 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 ਮੇਰੇ ਹਿੱਸੇ ਦੀ ਮੁਕਾਨ ਹੋ ਗਈ ਬਾਈ ਬਸ ਇਥਾਂ ਹੀ ਬੈਣ ਸੁਣੋ ਦੁਆ ਮੰਗੀ ਕਰ ਸ਼ਲਾ ਅਮੀਰ ਗਰੀਬ ਨਾ ਹੋਵੇ ਅਤੇ ਸਿਰਫ ਦੁਆ ਨਹੀਂ ਮੰਗੀ ਕਰ ਦੁਆ ਵਤੇ ਨਾਲ ਮੰਗੀ ਕਰ ਜੇ ਅਮੀਰ ਗਰੀਬ ਹੋ ਜਾਵੇ ਨਾ ਖਾਨ ਦੇਰੇਦਾਰ ਪਰੇਂਦਾਰ ਇੱਜ਼ਤ ਅਲੀ ਅਜ਼ਾਦਾਰ ਤਸ਼ਰੀਫ ਫਰਮਾਓ ਦੁਆ ਮੰਗੀ ਕਰੋ ਜੇ ਅਮੀਰ ਗਰੀਬ ਹੋ ਜਾਵੇ ਵਤ ਉਹ ਬੰਦਾ ਨਾ ਮਿਲੇ ਜੈ ਵਸਦਾ ਡਿੱਠਾ ਹੋਵੇ ਸ਼ਰੀਫ ਦੀ ਮੌਤ ਹੁੰਦੀ ਹੈ ਚੌਧਰੀ ਸਾਹਿਬ ਮਿੰਬਰ ਗਵਾਏ ਜਾਂਦਾ ਬਾਜ਼ਾਰ ਦਾ ਇੱਕ ਹਿੱਸਾ ਅਬੂਰ ਕੀਤਾ ਨੇ ਨਾ ਅਬੂਰ ਕਰਨ ਦੇ ਬਾਅਦ ਇੱਜ਼ਤ ਅਲੀ ਰਸ਼ ਜੋ ਢੇਰ ਆਈ ਨਾ ਰਸ਼ ਇਤਨਾ ਆਈ ਬਈ ਅਲਾਮਾ ਗੁਲਾਮ ਹੁਸੈਨ ਨਈਮੀ ਨਈਮੁਲ ਅਬਰਾਰ 'ਚ ਲਿਖਦੇ ਨੇ ਵੀ ਘੱਟ ਤੋਂ ਘੱਟ 6 ਲੱਖ ਬੰਦਾ ਆਈ ਜ਼ਿਆਦਾ ਤੋਂ ਜ਼ਿਆਦਾ 18 ਲੱਖ ਬੰਦਾ ਆਈ 18 ਲੱਖ ਬੰਦਾ ਬਾਜ਼ਾਰ 'ਚ ਆਈ ਇੱਜ਼ਤ ਵਾਲਿਓ ਜਿਹੜੇ ਵੇਲੇ ਅਲੀ ਦੀਆਂ ਧੀਆਂ ਬਾਜ਼ਾਰ ਅਬੂਰ ਕੀਤਾ ਇੱਕ ਜ਼ੈਫਾ ਆਈ ਜਿਹਦਾ 4 ਜਾਂ 5 ਸਾਲ ਦਾ ਪੁੱਤਰ ਆਈ ਤਾਰੀਖ ਜਿਹਦਾ ਨਾਮ ਹੁਸੈਨ ਆਈ ਇਸ ਹਜੂਮ 'ਚ ਨਾ ਖਾਨ ਸਾਹਿਬ ਇਹ ਆਪਣੇ ਖੜੇ ਹੋਏ ਪੁੱਤਰ ਨੂੰ ਵਧੀ ਗੋ ਲੈਂਦੀ ਹੈ ਜ਼ੈਫਾ ਸੱਡ ਮਾਰ ਕੇ ਆਦੀ ਹੁਸੈਨ 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 ਮੇਰੇ ਵਤਨ ਦੇ ਸਰਦਾਰੋਂ ਤੁਸੀਂ ਸੁਣ ਕੇ ਚੁੱਪ ਕਰ ਗਏ ਹੋ ਕਿਸਮਤ ਨੇ ਉਥਾਂ ਗੁਜ਼ਾਰਿਆ ਜਿੱਥੇ ਨਿੱਕੀ ਕਹਿ ਦੇਣ ਕਹਿਦਾ ਹੀ ਹੁਸੈਨ ਦੀ 3.5 ਸਾਲ ਦੀ ਸਹੀ ਆਜ਼ਾਦੀ ਦੀ ਨਿਗਾਹ ਪਈ ਹੈ ਨਾ ਅਤੇ ਵੇਖ ਕੇ ਹੌਲੇ ਹੌਲੇ ਪਿਆ ਦੀ ਹੈ ਜ਼ੈਫਾ ਤੇਰਾ ਹੀ ਕੋਈ ਹੁਸੈਨ ਮਰ ਗਈ ਹੈ ਅਦੀ ਕਹਿ ਦੇਣਾ ਲਮਾਨ ਕਰ ਮੇਰਾ ਹੁਸੈਨ ਜ਼ਿੰਦਾ ਉਹ ਸਲਾਮਤ ਏ ਤੁਸਾਂ ਕੈਦੀਆਂ ਨੂੰ ਵੇਖਣ ਆਇਆ ਈ ਦੁਆ ਕਰ ਸ਼ਲਾ ਮੈਨੂੰ ਮੇਰਾ ਹੁਸੈਨ ਮਿਲ ਜਾਵੇ ਮੈਂ ਤੇਰੀ ਇਮਦਾਦ ਕਰੇ ਸਾਂ ਇਮਦਾਦ ਦਾ ਨਾਮ ਆਉਣਾ ਬੀਬੀ ਵੇਖ ਕੇ ਅਦੀ ਸਾਨੂੰ ਤੇਰੀ ਇਮਦਾਦ ਦੀ ਲੋੜ ਨਹੀਂ ਮਗਰ ਮੈਂ ਦੁਆ ਕਰਿੰਦੀ ਹਾਂ ਵਤਨ 'ਤੇ ਨਹੀਂ ਘਰ ਟੁਰਵੰਜ ਆਪਣੇ ਸਿਹਨ 'ਚ ਤੇਰਾ ਪੁੱਤਰ ਸਾਡੀ ਗੁਰਬਤ 'ਤੇ ਬੈਠਾ ਰੋਂਦਾ ਹੈ ਜਿਹਨੂੰ ਸਮਝ ਆਈ ਉਸ ਬੰਦੇ ਹੈ ਕੀਤੀ 4 ਜਾਂ 5 ਸਾਲ ਦਾ ਪੁੱਤਰ ਜ਼ੈਫਾ ਆਵੇ ਇੱਜ਼ਤ ਵਾਲਿਓ ਤਾਂ ਮਿੱਟੀ 'ਤੇ ਬਹਿ ਕੇ ਲਕੀਰੇ ਮਾਰ ਕੇ ਆਦਾ ਬੈਠਾ ਵਾਹ ਹੁਸੈਨਾ ਇੱਜ਼ਤ ਵਾਲਿਓ ਹੁਸੈਨ ਦੇ ਨਾਂ ਦੇ ਵਹਿਣ ਬੈਠਾ ਕਰਿੰਦਾ ਹੀ
ਮਾਂ ਸਾਹਮਣੇ ਆਈ ਨਾ ਫਿਤਰਤ, ਪੁੱਤਰ ਰੋਂਦਾ ਹੋਵੇ ਤਾਂ ਮਾਂ ਪਿਓ ਸਾਹਮਣੇ ਆਵੇ, ਪੁੱਛਦੇ ਨੇ ਕਿ ਤਕਲੀਫ ਹੈ, ਖੈਰ ਤਾਂ ਹੈ, ਕਿ ਜਿਣਕ ਤਾਂ ਨਹੀਂ ਦਿੱਤੀ, ਦੱਸ ਤਾਂ ਸਹੀ ਤੂੰ ਕੋਈ ਗਰੀਬ ਹੈ। ਇਹ ਸਾਹਮਣੇ ਵੱਧੀ ਹੈ, ਪਿਛਾਨੀ ਚੁੰਮ ਕੇ ਹੈਂ ਬੱਚੜਾ ਤੈਨੂੰ ਕਿਸੇ ਮਾਰਿਆ, ਹੈਂ ਬੱਚੜਾ ਤੈਨੂੰ ਕਿਸੇ ਜਿਣਕ ਦਿੱਤੀ ਹੈ, ਬੱਚੜਾ ਘਬਰਾਵੇਂ ਨਹੀਂ, ਅਸਾਂ ਕੋਈ ਗਰੀਬ ਹੈ, ਸਾਡੇ ਵਾਰਿਸ ਮੌਜੂਦ ਹਨ, ਦੱਸ ਮੈਂ ਬਦਲਾ ਲਵਾਂ, ਬਦਲੇ ਦਾ ਨਾਮ ਆਵਣਾ ਮਿੰਬਰ ਹੁਸੈਨ ਦੀ ਕਸਮ, ਮੈਨੂੰ ਤਾਕਤ ਹੀ ਨਾ ਹੋਵੇ, ਮੈਂ ਤੈਨੂੰ ਜੁਮਲਾ ਸੁਣਾਵਾਂ, ਜਿਗਰ ਜ਼ਖਮੀ ਕਰ ਦਿੱਤਾ ਹੈ। ਮਾਂ ਦੇ ਪਾਸੇ ਵੇਖ ਕੇ ਨਾ ਠੱਡਾ ਸਾਹਿਬ ਵਰ ਗਿਆ, ਦਾ ਕਿਸ ਤੂੰ ਬਦਲਾ ਲੈ ਸੈਂ, ਜੈ ਮੈਨੂੰ ਰਵਾਇਆ ਹੈ, ਉਹਦਾ ਸਰ ਕੁਰਾਨ ਵਧਾ ਪੜਦਾ। ਸਦਕਾ ਸਦਕਾ ਸਦਕਾ, ਹੈ ਬੱਚੜਾ ਪੜਦਾ ਕੁਰਾਨ ਵਧਾ ਤੇ ਤੂੰ ਰੋਂਦਾ ਕਿਉਂ ਹੈ? ਹੌਲੇ ਹੌਲੇ ਤੇ ਬੈਠਾ ਜਾ, ਮੈਂ ਉਹਦੀ ਗੁਰਬਤ ਪਈ ਰਵੈਂਦੀ ਹੈ, ਪੜਦਾ ਕੁਰਾਨ ਹੈ, ਲੋਕ ਬਾਗੀ ਛੱਡੇਂਦੇ ਨੇ, ਅਮਾ ਮੈਨੂੰ ਸਰ ਨਾਲ ਮੁਹੱਬਤ ਹੋ ਗਈ ਹੈ। ਹੈ ਬੱਚੜਾ ਉਹ ਸਰ ਨਾਲ ਮੁਹੱਬਤ, ਬੱਚੜਾ ਤੈਨੂੰ ਪਤਾ ਨਹੀਂ ਸਾਨੂੰ ਮਦੀਨੇ ਵਾਲੇ ਹੁਸੈਨ ਨਾਲ ਮੁਹੱਬਤ ਹੈ, ਹੁਸੈਨ ਦਾ ਨਾਮ ਆਉਣਾ ਮਾਂ ਦੇ ਗੱਲ 'ਚ ਬਾਈ ਪਾ ਗਿਆ, ਤਾਂ ਆਮਦਨ ਖੈਰ ਦੀ ਹੋਵੇ, ਉਹ ਗਰੀਬ ਮਾਰਿਆ ਗਈ ਹੈ। ਇੱਜ਼ਤ ਵਾਲਿਓ ਜਿਹੜੇ ਵੇਲੇ ਪਤਾ ਲੱਗਾ ਸੀ ਨਾ ਵੀ ਹੁਸੈਨ ਮਾਰਿਆ ਗਈ ਹੈ, ਪੜ੍ਹਨਾ ਕਿਤਾਬਾਂ, ਸਾਹਿਬ ਕਿਤਾਬ ਲਿਖਦੇ ਨੇ, ਇੱਥਾਂ ਹੀ ਹੈ 4 ਜਾਂ 5 ਸਾਲ ਦਾ ਬੱਚਾ, ਗੁਰਬਤ ਹੁਸੈਨ ਤੇ ਰੋਂਦਾ ਹੋਇਆ ਅੱਲਾ ਨੂੰ ਪਿਆਰਾ ਹੋ ਗਈ ਹੈ। ਦੁਆ ਮੰਗੀ ਕਰ ਸ਼ਾਲਾ ਕਹੇ, ਵਾਲਦੈਨ ਨੂੰ ਪੁੱਤਰ ਦਾ ਜਨਾਜ਼ਾ ਨਚਾਉਣਾ ਪਵੇ, ਪੁੱਤਰ ਦਾ ਜਨਾਜ਼ਾ ਚਾਹ ਕੇ ਨਾ ਇੱਜ਼ਤ ਵਾਲਿਓ ਬਾਜ਼ਾਰ 'ਚ ਆ ਗਈ। ਤਾਰੀਖ ਉੱਥਾਂ ਹੀ ਆ ਗੁਜ਼ਾਰਿਆ ਜਿੱਥੇ ਹੁਸੈਨ ਦੀ ਛੋਟੀ ਧੀ ਖੜੀ ਆਈ, ਵੇਖਿਆ ਦੀਏ ਛੋਟੀ ਕਹਿ ਦੇ ਨਾਰਾਜ਼ ਨਾ ਹੋਵੇਂ, ਮੈਂ ਮਿੰਨਤ ਕਰਨ ਆਈ ਹਾਂ, ਮੇਰੇ ਸਰਦਾਰਾਂ ਦਾ ਹੁਕਮ ਹੈ, ਕੈਦੀਆਂ ਦੀ ਦੁਆ ਜਲਦੀ ਕਬੂਲ ਹੁੰਦੀ, ਦੁਆ ਮੰਗ ਚ ਨਾ ਹੋ ਸਕਦਾ ਮਤਾ ਮੇਰਾ ਪੁੱਤਰ ਬਾਜ਼ਾਰ 'ਚ ਜ਼ਿੰਦਾ ਹੋ ਜਾਵੇ। ਜ਼ਿੰਦਾ ਕਰਨ ਦਾ ਨਾਮ ਆਇਆ ਇੱਜ਼ਤ ਹੁਸੈਨ ਦੀ ਕਸਮ ਹੈ। ਛੋਟੀ ਕਹਿ ਦੇਣ ਸਜਾਦ ਦੇ ਪਾਸੇ ਵੇਖ ਕੇ ਦੀ, ਸਜਾਦ ਸਾਡੀ ਅਕਬਰ ਬਗੈਰ ਨਿਭ ਗਈ ਹੈ। ਸਜਾਦ ਅਸੀਂ ਨਹੀਂ ਜਾਂਦੇ ਕੋਈ ਮਾਂ ਪੁੱਤਰ ਦਾ ਦੁੱਖ ਵੇਖੇ, ਸਜਾਦ ਦਾ ਪੁੱਤਰ ਜਿਵਾ ਦੇ। ਇੱਜ਼ਤ ਵਾਲਿਓ ਸਜਾਦ ਦੁਆ ਮੰਗੀ ਹੈ ਨਾ, ਇਹ ਇਸ ਅੰਦਾਜ਼ ਨਾਲ ਹੱਥ ਬੱਧੇ ਹੋਏ ਹੈ, ਇਸ ਅੰਦਾਜ਼ ਨਾਲ ਛੋਟੀ ਕਹਿ ਦੇਣ ਆਮੀਨ ਆਖੀਏ, ਬਾਜ਼ਾਰ 'ਚ ਇਸ ਦਾ ਪੁੱਤਰ ਜ਼ਿੰਦਾ ਹੋਇਆ ਹੈ। ਸਜਾਦ ਦੇ ਕਦਮਾਂ 'ਤੇ ਹੱਥ ਲਾਇ, ਮਾਂ ਵੇਖ ਕਹਿ ਦੀ, ਹੈ ਬੱਚੜਾ ਜ਼ਿੰਦਾ ਤੈਨੂੰ ਇਸ ਕੀਤਾ, ਮੈਂ ਤੇਰੀ ਮਾਂ ਹੈ, ਮੇਰੇ ਕੋਲ ਆਵੇਂ ਆ, ਆਦਾ ਮੱਕੇ ਦੱਸਾਂ, ਮੇਰੀ ਰੂਹ ਪਰਵਾਜ਼ ਕਰ ਗਈ ਆਈ ਨਾ ਚੌਥੇ ਆਸਮਾਨ 'ਤੇ, ਮੇਰੀ ਹਸਨੈਨ ਦੇ ਨਾਨੇ ਨਾਲ ਮੁਲਾਕਾਤ ਹੋਈ ਹੈ, ਮੇਰਾ ਮੱਥਾ ਚੁੰਮ ਕੇ ਫਰਮਾਉਂਦੇ ਨੇ ਘਬਰਾ ਨਹੀਂ, ਹੁਣੇ ਬਾਜ਼ਾਰ 'ਚ ਤੈਨੂੰ ਮੇਰਾ ਸਜਾਦ ਜ਼ਿੰਦਾ ਕਰੇ ਸੀ, ਜਿਹਨਾਂ ਜ਼ਿੰਦਗੀ ਮਿਲ ਵੰਜੀ ਨਾ, ਇੱਕ ਤਾਂ ਸਜਾਦ ਨੂੰ ਮੇਰੇ ਸਲਾਮ ਦੇਵੇ, ਨਾਲੇ ਉਹਨੂੰ ਆਖੇ ਨਾ ਨਾ ਪਿਆ ਦਈ ਮੇਰੀਆਂ ਧੀਆਂ ਦੀ ਭਾਰਤ ਹੋਵੀ। ਸਦਕਾ 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 ਸਦਕਾ। ਇੱਜ਼ਤ ਵਾਲਿਓ ਬਸ ਖਤਮ ਹੋ ਗਈ ਮਜਲਿਸ, ਇਸ ਰੰਗ ਨਾਲ ਬਾਜ਼ਾਰ ਅਬੂਰ ਕੀਤਾ, ਜਿਹਦਾ ਐਲਾਨ ਹੋਇਆ ਨਾ ਵੀ ਕੈਦੀ ਆਏ ਨੇ, ਉਹਨਾਂ ਬਾਜ਼ਾਰ 'ਚ ਮੌਜੂਜ਼ਾ ਕੀਤਾ, ਮੌਜੂਜ਼ੇ ਦਾ ਐਲਾਨ ਹੋਣਾ ਆ, ਜਿਹੜੀਆਂ ਔਰਤਾਂ ਮਕਾਨਾਂ ਦੀਆਂ ਛੱਤਾਂ 'ਤੇ ਨੈਣ ਆਈਆਂ ਨਾ, ਇੱਜ਼ਤ ਵਾਲੇ ਉਹ ਹੀ ਮਕਾਨ ਦੀਆਂ ਛੱਤਾਂ 'ਤੇ ਚੜ ਗਈਆਂ। ਇੱਥਾਂ ਹੀ ਬਾਜ਼ਾਰ ਦਾ ਇੱਕ ਹਿੱਸਾ ਅਬੂਰ ਕਰਨ ਦੇ ਬਾਅਦ ਇੱਕ ਮਕਾਨ ਦੀ ਛੱਤ 'ਤੇ ਇੱਕ ਮਸਤੂਰ ਆ ਖੜੀ ਹੈ, ਜਿਹਦਾ ਨਾਂ ਤਾਰੀਖ 'ਚ ਫਰਰਾ ਹੈ। ਜਿਹੜੇ ਨਹੀਂ ਜਾਣਦੇ, ਫਰਰਾ ਮਾਲਿਕ ਅਸ਼ਤਰ ਦੀ ਧੀ ਹੈ। ਜਿਹੜੇ ਅਜ਼ਾਦਾਰ ਇਹ ਵੀ ਨਹੀਂ ਜਾਣਦੇ, ਅਗਲਾ ਜੁਮਲਾ ਤਮਹੀਦ ਖਤਮ ਤੇ ਵਹਿਣ ਸ਼ੁਰੂ, ਇਹ ਫਰਰਾ ਉਹ ਜੇ ਕੂਫੇ ਅਲੀ ਬਾਦਸ਼ਾਹ ਦੀ ਧੀਆਂ ਤੋਂ ਕੁਰਾਨ ਪੜਿਆ ਹੈ। ਜੁਮਲਾ ਮੈਂ ਕਿ ਇਹ ਤਮਹੀਦ ਦਾ ਮਦੀਨੇ ਇਮਾਮ ਸਜਾਦ ਦੀਆਂ ਜੁੱਤੀਆਂ ਸਫਾ ਕਰੇਂਦੇ ਹੈ। ਇੱਜ਼ਤ ਵਾਲਿਓ ਜਦੋਂ ਇਹ ਮਕਾਨ ਦੀ ਛੱਤ 'ਤੇ ਆ ਖੜੀ ਨਾ, ਕਿਸਮਤ ਆਖਾਂ, ਮੁਕੱਦਰ ਆਖਾਂ, ਤਕਦੀਰ ਦਾ ਲਿਖਿਆ ਆਖਾਂ, ਵਤਨ ਵਾਲਿਓ ਸਜਾਦ ਇਮਾਮ ਨੂੰ ਤਕਦੀਰ ਉਸੇ ਗੱਲੀ 'ਚ ਗੁਜ਼ਾਰਿਆ। ਹਾਲਤ ਕੀ ਆ? ਗੱਲ 'ਚ ਵਜ਼ਨੀ ਤੌਕਾਈ, ਪੈਰਾਂ 'ਚ ਬੇੜੀਆਂ ਹੈ, ਹੱਥ 'ਚ ਹੱਥ ਕੜੀਆਂ ਹੈ, ਪਾਣੀ ਨਾ ਖੂਨ ਵਧਾ ਰੋਂਦਾ ਹੈ, ਕਮਰ ਨੂਨ ਵਾਂਗ ਝੁਕੀ ਹੋਈ ਹੈ। ਫਰਰਾ ਮਕਾਨ ਦੀ ਛੱਤ 'ਤੇ ਆ ਖੜੀਏ, ਫਰਰਾ ਦੀ ਆਵਾਜ਼ ਪੈਂਦੀ, ਵੇਖਣ ਤਾਂ ਸਹੀ ਨਾਲੇ ਪੁੱਛਾਂ ਤਾਂ ਸਹੀ, ਕੈਦੀ ਕਿੱਥੋਂ ਦੇ ਵਸਦੇ ਨੇ, ਅੱਲਾ ਜਾਣੇ ਮੁਸਲਮਾਨ ਇਤਨਾ ਕਿਉਂ ਪਏ ਮਰੇਂਦੇ ਨੇ। ਇਹ ਆਦੀ ਉਹ ਗਰਜ਼ ਲੈ ਕੇ ਮੈਂ ਮਕਾਨ ਦੀ ਛੱਤ ਝੁੱਕੀ ਹਾਂ,
ਕੈਦੀ ਦੇ ਪਾਸ ਵੇਖ ਕੇ ਆਦੀਏ ਕੈਦੀ ਮੇਰਾ ਸਲਾਮ ਹੋਵੀ। ਇਮਾਮ ਦੀ ਆਵਾਜ਼ ਪਈਆਂ ਦੀ ਫਰਾ ਮੇਰਾ ਹੀ ਸਲਾਮ ਹੋਵੀ। ਫਰਾ ਜਿਹੜੇ ਵੇਲੇ ਨਾ ਸੁਣਿਆ ਵੇਖ ਕੇ ਕੈਦੀ ਆ ਚਿਹਰੇ ਤੂੰ ਸ਼ਰੀਫ ਮਲੂਮ ਹੁੰਦਾ ਹੈ, ਤੈਨੂੰ ਪਤਾ ਹੀ ਨਹੀਂ ਬਾਜ਼ਾਰ ਚ ਧੀਆਂ ਦੇ ਨਾਂ ਨਹੀਂ ਚਵੀਂਦੇ। ਕੈਦੀ ਨੌਵਿਆ ਮੈਂ ਤੈਨੂੰ ਸਜ਼ਾ ਦੇਵਾਂ, ਮੈਂ ਮਾਲਕ ਅਸ਼ਤਰ ਦਿੱਤੀਆਂ, ਮਾਲਕ ਅਸ਼ਤਰ ਦਾ ਨਾਮ ਆਵਣਾ। ਇਮਾਮ ਦੀ ਆਵਾਜ਼ ਆਉਂਦੀ ਹੈ ਮੈਨੂੰ ਸੁਜਾਣ, ਮੈਂ ਹੁਸੈਨ ਦਾ ਪੁੱਤਰਾ, ਹੁਸੈਨ ਦਾ ਨਾਮ ਆਵਣਾ। ਆਦੀ ਅਲਮਾਨ ਕਰ ਕਿਹੜਾ ਹੁਸੈਨ ਕਿੱਥੋਂ ਦਾ ਵਸਦਾ, ਸੈਯਦਾ ਦਾ ਮਦੀਨੇ ਦਾ ਵਸਦਾ, ਮਦੀਨੇ ਵਾਲੇ ਹੁਸੈਨ ਦਾ ਨਾਮ ਆਵਣਾ। ਫਰਾ ਦੇ ਹੱਥ ਜੁੜ ਗਏ ਨਾ ਦੀ ਅੱਲਾ ਦੇ ਨਾਂ ਤੇ ਦੱਸਾ ਕਿਹੜਾ ਪੁੱਤਰ ਏ। ਇੱਕ ਦੀ ਮੈਂ ਕਨੀਜ਼ ਰਹੀ ਆ, ਕਨੀਜ਼ ਦਾ ਨਾਮ ਆਵਣਾ। ਇਮਾਮ ਦੀ ਆਵਾਜ਼ ਸੁਜਾਣ ਜਾਂਦੀ ਕਨੀਜ਼ ਆਵੇ ਉਹ ਸਜਾਦ ਮੈਂ ਆ, ਉਹ ਫਿਰਾਵਾਂ ਮੋਇਆ ਮਾਇਆ, ਉਹ ਪਰਦੇਸੀ ਮਾਇਆ, ਉਹ ਮੌਤ ਦਾ ਮੁਕਿਆ ਮਾਇਆ। ਇੱਜ਼ਤ ਆਲਿਓ ਜਦਾਂ ਇਲਮ ਹੋਇਆ ਜੂ ਸਜਾਦ ਕੈਦੋ ਕੇ ਬਾਜ਼ਾਰ ਆ ਗਈ ਆਏ, ਜਲਦੀ ਨਾਲ ਸੱਡ ਮਾਰ ਗਿਆ ਦੀ ਇਬਰਾਹੀਮ ਬਿਰਾ, ਜਲਦੀ ਆ ਸਜਾਦ ਕੈਦੋ ਕੇ ਬਾਜ਼ਾਰ ਆ ਗਈ ਆਈ ਆ। ਇਬਰਾਹੀਮ ਮਕਾਨ ਦੀ ਛੱਤ ਤੇ ਆਇਆ, ਇਮਾਮ ਦੀ ਨਿਗਾਹ ਪੈ ਗਈ ਹੈ, ਇਮਾਮ ਦੀ ਆਵਾਜ਼ ਪਈ ਆਉਂਦੀ ਹੈ ਇਬਰਾਹੀਮ ਮਿੰਨਤ ਲਾ ਪਰਦਾ ਕਰਵਾ, ਹਾਏ ਮੌਲਾ ਤੁਹਾਡੀ ਜ਼ਿਆਰਤ ਨਗਰਾ ਸੈਯਦਾ ਦਾ ਨਰਵਾ ਮੈਂ ਮਜਬੂਰਾ, ਹਾਏ ਸਜਾਦ ਕਿਹੜੀ ਮਜਬੂਰੀ ਹੈ, ਰੋ ਰੋ ਗਿਆ ਦਿਨ ਨਰਵਾ, ਕੱਲਾ ਨਹੀਂ ਨਾਲ ਜ਼ੈਨਬ ਈ। ਇਬਰਾਹੀਮ ਹੁਸੈਨ ਮਾਰ ਗਿਆ, ਸਜਾ ਦੀ ਕੈਦੋ ਕੇ ਬਾਜ਼ਾਰ ਆ ਗਿਆ, ਅਲੀ ਦੀਆਂ ਧੀਆਂ ਹੀ ਬਾਜ਼ਾਰ ਆ ਗਈਆਂ। ਜਿਹੜੇ ਵੇਲੇ ਫਰਾ ਨੂੰ ਇਲਮ ਹੋਇਆ ਜੂ ਸਜਾਦ ਕੱਲਾ ਨਹੀਂ ਅਲੀ ਦੀਆਂ ਧੀਆਂ ਹੀ ਆਈਓ ਹੋਈਆਂ। ਇੱਜ਼ਤ ਆਲਿਓ ਜਲਦੀ ਨਾਲ ਮਕਾਨ ਤੂੰ ਬਾਜ਼ਾਰ ਚ ਆਈਏ, ਸਰ ਤੂੰ ਚਾਦਰ ਲਹਾ ਕੇ ਉੱਥੇ ਆਈਏ ਜਿੱਥੇ ਇਮਾਮ ਖੜੇ ਆਏ ਨਾ, ਕਦਮਾਂ ਤੇ ਹੱਥ ਲਾ ਕੇ ਆਦੀ ਵਤ ਉੱਥੇ ਆਈਏ ਜਿੱਥੇ ਅਲੀ ਦੀਆਂ ਧੀਆਂ ਖੜੀਆਂ ਆਏ ਨਾ। ਰੋ ਰੋ ਕੇ ਆਦੀਏ ਬੀਬੀ ਅੱਲਾ ਦੇ ਨਾਂ ਤੇ ਦੱਸਾ ਸੋਹਣੀ ਬਈ ਵਸਦੀ ਆਵੇ, ਬੀਬੀ ਦੱਸਾ ਵਤਨ ਕਿਵੇਂ ਛੁੱਟਈ, ਕਰਬਲਾ ਕਿਵੇਂ ਆਈਏ, ਵਤ ਸ਼ਾਮ ਕਿਵੇਂ ਆਈਏ। ਬੀਬੀ ਆਦੇ ਨਰੂਆ 28 ਰਜਬ ਦਾ ਸਾਥੂ ਮਦੀਨਾ ਛੁੱਟ ਗਈ ਆਈ, ਦੋ ਨੂੰ ਕਰਬਲਾ ਆਈਆਂ, 7 ਨੂੰ ਮੇਰਾ ਪਾਣੀ ਬੰਦ ਹੋ ਗਿਆ, 8 ਗੁਜ਼ਰੀ, 9 ਬੀਬੀ ਆ ਦੇ 9ਵੀਂ ਦਨੀਆ, ਮੇਰੇ ਅਕਬਰ ਦੀ ਲਾਸ਼ ਖੈਮੇ ਆਈ ਆਈ। ਅਜਾ ਅਕਬਰ ਦੇ ਵੈਣ ਵਧੀਆਂ ਕਰੇ ਦੀਆਂ ਸੇ ਆਵਾਜ਼ ਆਈ ਆਲੀਆ, ਮੇਰਾ ਕਾਸਮ ਜਣਗੀ ਆਇਆ, ਕਾਸਮ ਦੇ ਵੈਣ ਬੁਲੰਦਾ ਯਾ ਉਹਨੂੰ ਮੁਹੰਮਦ ਜਣ ਗਿਆ ਹੈ ਨਾ। ਬੰਦਾ ਕਿਹੜਾ ਯਾਰ ਜਿਹੜਾ ਮਾਤਮ ਨਹੀਂ ਕਰੇ ਦਾ, ਉਸ ਵੇਲੇ ਫਰਾ ਕਦਮਾਂ ਤੇ ਹੱਥ ਲਾਏ ਨਾ, ਵੈਣ ਕਰਕੇ ਆਦੀ ਬੀਬੀ ਨਾ ਪੁੱਛਦੀ ਅਕਬਰ ਦਾ, ਨਾ ਪੁੱਛਦੀ ਕਾਸਮ ਦਾ, ਅੱਲਾ ਦੇ ਨਾਂ ਤੇ ਰਸਾ ਉਹ ਕਿਨ ਗਿਆ ਹੈ, ਆ ਜੇ ਦੀਆਂ ਉਂਗਲੀਆਂ ਨਾਪ ਕੇ ਹਾਇਆ ਟੁਰਨਾ ਆ, ਆਪ ਸਿਖਾਇਆ ਮੈਂ ਵੇਖ ਰਹੀਆਂ ਵਾ। ਅੱਲਾ ਲਨਤੁਲਾਹੀ ਹਮਦਾ।